ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਚੀਫ ਜਸਟਿਸ ਚੰਦਰਚੂੜ ਦੇ ਘਰ ਪੁੱਜੇ ਪੀਐਮ ਮੋਦੀ, ਗਣੇਸ਼ ਪੂਜਾ 'ਚ ਹੋਏ ਸ਼ਾਮਿਲ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਨੇ ਚੁੱਕੇ ਸਵਾਲ। ਭਾਜਪਾ ਸਿੱਖ ਸੈੱਲ ਦੇ ਨੇਤਾਵਾਂ ਨੇ ਰਾਹੁਲ ਗਾਂਧੀ ਖਿਲਾਫ ਕੀਤਾ ਪ੍ਰਦਰਸ਼ਨ, ਪੁਲਿਸ ਨੇ ਭਾਜਪਾ ਆਗੂਆਂ ਨੂੰ ਹਿਰਾਸਤ 'ਚ ਲਿਆ। ਪੀਸੀਐਮਐਸ ਐਸੋਸੀਏਸ਼ਨ ਨੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਸ਼ੁਰੂ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ, ਮਰੀਜ਼ ਹੋਏ ਖੱਜਲ ਖੁਆਰ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੇ ਦਿੱਲੀ ਸਥਿਤ ਘਰ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਮੋਦੀ ਨੇ ਡੀ ਵਾਈ ਚੰਦਰਚੂੜ ਤੇ ਉਹਨਾਂ ਦੇ ਪਰਿਵਾਰ ਨਾਲ ਘਰ 'ਚ ਆਯੋਜਿਤ ਗਣੇਸ਼ ਪੂਜਾ 'ਚ ਹਿੱਸਾ ਲਿਆ ਤੇ ਆਰਤੀ ਵੀ ਕੀਤੀ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਫ ਜਸਟਿਸ ਦੇ ਘਰ ਪਹੁੰਚੇ ਤਾਂ ਚੰਦਰਚੂੜ ਤੇ ਉਹਨਾਂ ਦੀ ਪਤਨੀ ਕਲਪਨਾ ਦਾਸ ਆਪਣੇ ਘਰ 'ਚ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਖੜ੍ਹੇ ਹੋਏ ਸਨ। ਇਸ ਪੂਰੇ ਆਯੋਜਨ ਦਾ ਵੀਡੀਓ ਵੀ ਸਾਹਮਣੇ ਆਇਆ। ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੇ ਘਰ ਪੂਜਾ 'ਚ ਸ਼ਾਮਿਲ ਹੋਣ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਚੀਫ ਜਸਟਿਸ ਡੀ ਵਾਈ ਚੰਦਰਚੂੜ ਜੀ ਦੀ ਰਿਹਾਇਸ਼ 'ਤੇ ਗਣੇਸ਼ ਪੂਜਾ 'ਚ ਸ਼ਾਮਿਲ ਹੋਇਆ ਭਗਵਾਨ ਸ਼੍ਰੀ ਗਣੇਸ਼ ਸਾਨੂੰ ਸਾਰਿਆਂ ਨੂੰ ਸੁੱਖ, ਖੁਸ਼ਹਾਲੀ ਅਤੇ ਚੰਗੀ ਸਿਹਤ ਪ੍ਰਦਾਨ ਕਰਨ। ਤਸਵੀਰ 'ਚ ਪ੍ਰਧਾਨ ਮੰਤਰੀ ਮੋਦੀ, ਚੀਫ ਜਸਟਿਸ ਚੰਦਰਚੂੜ, ਕੁਝ ਹੋਰ ਲੋਕਾਂ ਨਾਲ ਭਗਵਾਨ ਗਣੇਸ਼ ਦੀ ਪੂਜਾ ਕਰਦੇ ਨਜ਼ਰ ਆ ਰਹੇ ਨੇ। ਪ੍ਰਧਾਨ ਮੰਤਰੀ ਇਸ ਦੌਰਾਨ ਮਹਾਰਾਸ਼ਟਰ ਨਾਲ ਸੰਬੰਧਿਤ ਰਵਾਇਤੀ ਪੋਸ਼ਾਕ 'ਚ ਸਨ। ਉਹਨਾਂ ਨੇ ਗਣੇਸ਼ ਪੂਜਾ ਮੌਕੇ ਟਵੀਟ ਵੀ ਮਰਾਠੀ ਭਾਸ਼ਾ 'ਚ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਵੀਡੀਓ ਸੋਸ਼ਲ ਮੀਡੀਆ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਨੂੰ ਬੜੀ ਦਿਲਚਸਪੀ ਦੇ ਨਾਲ ਦੇਖਿਆ। ਆਮ ਤੌਰ 'ਤੇ ਸਿਆਸੀ ਅਤੇ ਪ੍ਰਸ਼ਾਸਨਿਕ ਅਹੁਦਿਆਂ 'ਤੇ ਬਿਰਾਜਮਾਨ ਲੋਕ ਧਾਰਮਿਕ ਸਮਾਗਮਾਂ 'ਚ ਘੱਟ ਹੀ ਨਜ਼ਰ ਆਉਂਦੇ ਨੇ, ਪਰ ਇਹ ਮੌਕਾ ਕੁਝ ਖਾਸ ਸੀ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਇੰਦਰਾ ਜੈ ਸਿੰਘ ਨੇ ਇਸ 'ਤੇ ਇਤਰਾਜ਼ ਜਤਾਇਆ। ਵਿਦੇਸ਼ੀ ਧਰਤੀ 'ਤੇ ਸਿੱਖਾਂ ਦੇ ਖਿਲਾਫ਼ ਟਿੱਪਣੀ ਕਰਨ 'ਤੇ ਰਾਹੁਲ ਗਾਂਧੀ ਦਾ ਭਾਰਤ ਵਿੱਚ ਸਿੱਖਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਜਿੱਥੇ ਵੱਖ ਵੱਖ ਸਿਆਸੀ ਲੀਡਰ ਬਿਆਨਾਂ ਰਾਹੀਂ ਰਾਹੁਲ ਗਾਂਧੀ ਦੀ ਨਿਖੇਧੀ ਕਰ ਰਹੇ ਨੇ, ਉੱਥੇ ਹੁਣ ਦਿੱਲੀ ਵਿਖੇ ਭਾਜਪਾ ਦੇ ਸਿੱਖ ਸੈੱਲ ਦੇ ਨੇਤਾਵਾਂ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਨੇਤਾ ਆਰਪੀ ਸਿੰਘ ਅਤੇ ਤੇਜਿੰਦਰ ਸਿੰਘ ਮਾਰਵਾ ਨੇ ਸਿੱਖ ਆਗੂਆਂ ਨਾਲ ਮਿਲ ਕੇ ਦਿੱਲੀ ਦੇ ਵਿਗਿਆਨ ਭਵਨ ਤੋਂ ਜਨਪਦ ਤੱਕ ਪੈਦਲ ਮਾਰਚ ਕੀਤਾ ਅਤੇ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਪੈਦਲ ਮਾਰਚ ਵਿਗਿਆਨ ਭਵਨ ਤੋਂ ਜਨਪਦ ਤੱਕ ਇਸ ਕਰਕੇ ਕੱਢਿਆ ਗਿਆ ਕਿਉਂਕਿ ਜਨਪਦ ਕੋਠੀ ਨੰਬਰ 10 ਵਿਖੇ ਰਾਹੁਲ ਗਾਂਧੀ ਦਾ ਨਿਵਾਸ ਸਥਾਨ। ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦਾ, ਉਹ ਜਾਣ ਕੇ ਉਹ ਪਾਸਾ ਇਸਤੇਮਾਲ ਕਰਦਾ ਜਿੱਥੇ ਦੇਸ਼ ਵਿੱਚ ਵੰਡ ਪਵੇ, ਉਹ ਜਾਣ ਕੇ ਵਿਦੇਸ਼ ਦੀ ਧਰਤੀ ਦਾ ਇਸਤੇਮਾਲ ਕਰਦਾ ਹੈ ਇੱਥੇ ਵੰਡ ਪਾਨ ਕਰਕੇ। ਕੁਛ ਸਾਲ ਪਹਿਲੇ ਜਾ ਕੇ ਉਹਨੇ ਕਿਹਾ ਕਿ ਤੁਸੀਂ ਸੈਕਿੰਡ ਰੇਟ ਸਿਟੀਜ਼ਨ ਮੰਨੇ ਜਾਂਦੇ ਹੋ। ਇਹ ਉਹ ਦੇਸ਼ ਹੈ ਜਿੱਥੇ 70 ਸਾਲ ਪੁਰਾਣੀ ਸਿੱਖਾਂ ਦੀ ਡਿਮਾਂਡ ਮੰਨੀ ਗਈ, ਕਰਤਾਰਪੁਰ ਲਾਂਘਾ ਖੋਲ੍ਹਾ ਗਿਆ। ਇਹ ਉਹ ਦੇਸ਼ ਹੈ ਜਿੱਥੇ ਪੂਰਾ ਦੇਸ਼ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਉਂਦਾ। ਉਹ ਕਹਿੰਦੇ ਇਸ ਦੇਸ਼ ਵਿੱਚ ਸਾਨੂੰ ਦਸਤਾਰ ਨਹੀਂ ਪਾ ਦਿੱਤੀ ਜਾਂਦੀ, ਸਾਨੂੰ ਕੜਾ ਨਹੀਂ ਪਾ ਦਿੱਤਾ ਜਾਂਦਾ, ਸਾਨੂੰ ਗੁਰਦੁਆਰੇ ਨਹੀਂ ਜਾਣ ਦਿੱਤਾ ਜਾਂਦਾ। ਇਹ ਖਾਲਿਸਤਾਨੀਆਂ ਦਾ ਏਜੰਡਾ ਹੈ, ਇਹ ਆਈ ਐੱਸ ਆਈ ਦਾ ਏਜੰਡਾ ਹੈ ਜਿਹੜਾ ਰਾਹੁਲ ਗਾਂਧੀ ਫੋਲੋਅਪ ਕਰ ਰਿਹਾ।
PCMS ਐਸੋਸੀਏਸ਼ਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਤੇ ਹੜਤਾਲਾਂ ਕਰਕੇ ਸਰਕਾਰ ਨੂੰ ਲਾਮਬੰਦ ਕੀਤਾ ਜਾ ਰਿਹਾ, ਪਰੰਤੂ ਬੀਤੇ ਦਿਨੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਣ ਤੋਂ ਬਾਅਦ ਵੀ ਐਸੋਸੀਏਸ਼ਨ ਨੇ ਲਿਖਤੀ ਭਰੋਸੇ ਦੀ ਮੰਗ ਨੂੰ ਲੈ ਕੇ ਆਪਣੀ ਹੜਤਾਲ ਮੁੜ ਕਾਇਮ ਰੱਖਣ ਦਾ ਐਲਾਨ ਕੀਤਾ ਹੋਇਆ ਹੈ, ਜਿਸ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਸਾਹਿਬਾਨਾਂ ਨੇ ਆਪਣੀਆਂ ਹੜਤਾਲਾਂ ਮੁੜ ਤੋਂ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤੀਆਂ ਨੇ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਹੜਤਾਲ ਤੋਂ ਨਹੀਂ ਉੱਠਣਗੇ। ਜਦੋਂ ਕਿ ਦੂਜੇ ਪਾਸੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇਕਲੌਤੇ ਸਰਕਾਰੀ ਸਿਵਲ ਹਸਪਤਾਲ 'ਚ ਇਲਾਜ ਕਰਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਖੱਜਲਖੁਆਰ ਹੋਣ ਲਈ ਮਜਬੂਰ ਪੈਣਾ ਪੈ ਰਿਹਾ। ਮਰੀਜ਼ਾਂ ਦੀ ਹਸਪਤਾਲ 'ਚ ਹੋ ਰਹੀ ਪਰੇਸ਼ਾਨੀ ਦੇ ਸੰਬੰਧ ਵਿੱਚ ਡਾਕਟਰ ਜਮਾਨਾ ਨੇ ਕਿਹਾ ਕਿ ਫਿਲਹਾਲ OPD ਸੇਵਾਵਾਂ ਹੀ ਬੰਦ ਕੀਤੀਆਂ ਗਈਆਂ ਨੇ, ਜਦੋਂ ਕਿ ਐਮਰਜੈਂਸੀ ਸੇਵਾਵਾਂ ਅਜੇ ਬਹਾਲ ਨੇ ਤੇ ਮਰੀਜ਼ਾਂ ਦਾ ਐਮਰਜੈਂਸੀ ਹਾਲਾਤਾਂ 'ਚ ਇਲਾਜ ਕੀਤਾ ਜਾ ਰਿਹਾ। PCMS ਐਸੋਸੀਏਸ਼ਨ ਵੱਲੋਂ ਸਾਡੀ ਹੜਤਾਲ ਨੂੰ ਕੰਟੀਨਿਊ ਕਰਦੇ ਹੋਏ ਅੱਜ ਮਿਤੀ 12 ਸਤੰਬਰ 2024 ਤੋਂ ਜਿਹੜੀ ਸਟ੍ਰਾਈਕ ਸਾਡੀ ਚੱਲ ਰਹੀ ਸੀ OPD ਹਾਫ ਡੇ, ਉਹ 8 ਤੋਂ ਲੈ ਕੇ 2 ਵਜੇ ਤੱਕ ਫੁੱਲ ਡੇ ਦੀ ਕੀਤੀ ਗਈ ਹੈ। ਇਹਦੇ ਬਾਰੇ ਜ਼ਿਕਰ ਯੋਗ ਅਸੀਂ ਦੱਸਣਾ ਚਾਹੁੰਦੇ ਹਾਂ, ਕੱਲ੍ਹ ਕੈਬਨਿਟ ਸਬ ਕਮੇਟੀ ਨਾਲ ਸਾਡੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਚਾਰ ਮੰਤਰੀ ਸਾਹਿਬਾਨ ਹਾਜ਼ਰ ਸਨ। ਉਹਨਾਂ ਨੇ ਮੁੱਖ ਮੰਗਾਂ ਸਾਡੀਆਂ ਨੂੰ ਮੰਨਿਆ ਹੈ, ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਮੰਗਾਂ ਸਹੀ ਹਨ ਅਤੇ ਉਹਨਾਂ ਨੇ ਇਸ ਮੀਟਿੰਗ ਤੋਂ ਬਾਅਦ ਸਾਨੂੰ ਇੱਕ ਲੈਟਰ ਜਾਰੀ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਮੰਗਾਂ ਲਈ, ਪੂਰਤੀ ਲਈ, ACP ਦੀ ਮੰਗਾਂ ਲਈ, ਸਿਕਿਉਰਿਟੀ ਲਈ ਉਹਨਾਂ ਨੂੰ 3 ਮਹੀਨੇ ਚਾਹੀਦੇ ਹਨ। ਸਾਡੀ ਐਸੋਸੀਏਸ਼ਨ ਵੱਲੋਂ ਇਹ ਮੰਗ ਹੈ ਕਿ ਜਦੋਂ 2021 ਵਿੱਚ ਇਹ ACP ਖਤਮ ਕੀਤਾ ਗਿਆ ਸੀ, ਇੱਕ ਸਿੰਪਲ ਲੈਟਰ ਨਾਲ ਕੀਤਾ ਗਿਆ ਸੀਗਾ, ਅਸੀਂ ਇਹੀ ਮੰਗ ਕਰਦੇ ਹਾਂ ਜੇ ਇਹ ਇੱਕ ਲੈਟਰ ਨਾਲ ਬੰਦ ਕੀਤਾ ਜਾ ਸਕਦਾ, ਇੱਕ ਲੈਟਰ ਨਾਲ ਬਹਾਲ ਵੀ ਕੀਤਾ ਜਾ ਸਕਦਾ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੋਗੀ ਸਣੇ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਸਮੁੱਚੀ ਸਟਾਰ ਕਾਸਟ ਐਂਬੀਅੰਸ ਮਾਲ ਗੁੜਗਾਉਂ ਪਹੁੰਚੀ, ਜਿਸ ਦੌਰਾਨ ਯੂਥ ਪ੍ਰੋਗਰੈਸਿਵ ਸਿੱਖ ਫਰਮ ਦਿੱਲੀ ਤੇ ਬੈਲਾਮੌਂਡ ਦੇ MD ਗੁਰਮੀਤ ਸਿੰਘ ਦੀ ਅਗਵਾਈ ਵਿੱਚ ਅਰਦਾਸ ਫਿਲਮ ਦਾ ਪ੍ਰੀਮੀਅਰ ਸ਼ੋਅ ਕਰਵਾਇਆ ਗਿਆ, ਜਿਸ ਦੌਰਾਨ ਫੋਰਮ ਦੇ ਪ੍ਰਧਾਨ ਡਾਕਟਰ ਗੁਰਮੀਤ ਸਿੰਘ, ਤਰਨ ਮਹਿੰਦੀ ਤੇ ਗੁਰਵਿੰਦਰ ਸਿੰਘ ਮੌਜੂਦ ਰਹੇ, ਜਿਨ੍ਹਾਂ ਨੇ ਸਟਾਰ ਕਾਸਟ ਨੂੰ ਜੀਆਂ ਆਖਿਆ। ਇਸ ਮੌਕੇ ਗੱਲ ਕਰਦੇ ਹੋਏ ਫਿਲਮ ਦੇ ਕਿਰਦਾਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੋਗੀ ਨੇ ਕਿਹਾ ਕਿ ਫਿਲਮ ਬਹੁਤ ਮਿਹਨਤ ਤੋਂ ਬਾਅਦ ਬਣਾਈ ਗਈ, ਇੱਕ ਵੱਖਰੇ ਵਿਸ਼ੇ ਤੇ ਬਣਾਈ ਗਈ ਹੈ, ਫਿਲਮ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ। ਉਹਨਾਂ ਕਿਹਾ ਕਿ ਖਾਸ ਤੌਰ ਤੇ ਇਸ ਫਿਲਮ ਨੂੰ ਬਣਾਉਣ ਤੋਂ ਪਹਿਲਾਂ ਜਿੱਥੇ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ, ਉੱਥੇ ਫਿਲਮ ਨੂੰ ਬਣਾਉਣ ਤੋਂ ਬਾਅਦ ਬਹੁਤ ਸਾਰੇ ਸਿਆਣੇ ਲੋਕਾਂ ਨੂੰ ਫਿਲਮ ਦਿਖਾਏਗੀ ਤਾਂ ਜੋ ਲੋਕਾਂ ਦੇ ਸੁਝਾਅ ਤੇ ਰਾਏ ਨੂੰ ਜਾਣਨ ਤੋਂ ਬਾਅਦ ਹੀ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਫਿਲਮ ਨੂੰ ਦੇਖਣ ਵਾਲੇ ਲੋਕਾਂ ਨੇ ਇਸ ਫਿਲਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ, ਉਹਨਾਂ ਨੂੰ ਭਰਪੂਰ ਉਮੀਦ ਹੈ ਕਿ ਲੋਕ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਦੇਣਗੇ। ਗੁਰਪ੍ਰੀਤ ਘੋਗੀ ਨੇ ਵੀ ਕਿਹਾ ਕਿ ਫਿਲਮ ਅਰਦਾਸ ਬਣ ਚੁੱਕੀ ਹੈ, ਉਸਦੀ ਪ੍ਰਮੋਸ਼ਨ ਵੀ ਖਤਮ ਹੋ ਚੁੱਕੀ ਹੈ, ਅਤੇ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਸਾਰੇ ਲੋਕ ਇਸ ਫਿਲਮ ਨੂੰ ਦੇਖਣ। ਉਹਨਾਂ ਕਿਹਾ ਕਿ ਹਰ ਇੱਕ ਵਿਅਕਤੀ ਦੇ ਲਈ ਵੀ ਅਰਦਾਸ ਕਰਦੇ ਨੇ ਕਿ ਪਰਮਾਤਮਾ ਹਰ ਕਿਸੇ ਨੂੰ ਚੜ੍ਹਦੀ ਕਲਾ ਬਖਸ਼ੇ। ਇਸ ਦੌਰਾਨ ਦਰਸ਼ਕਾਂ ਨੇ ਫਿਲਮ ਦਾ ਕਾਫੀ ਆਨੰਦ ਮਾਣਿਆ ਅਤੇ ਆਪੋ ਆਪਣੀ ਰਾਏ ਸਾਂਝੀ ਕੀਤੀ। ਇਸ ਦੌਰਾਨ ਰਜਿੰਦਰ ਸਿੰਘ ਚੱਡਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ GK, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਬੈਲਾਮੌਂਡ ਦੇ MD ਗੁਰਮੀਤ ਸਿੰਘ ਸਣੇ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ। ਬਹੁਤ ਜ਼ਿਆਦਾ ਖੁਸ਼ੀ, ਬਹੁਤ ਜ਼ਿਆਦਾ ਚਾਅ ਹੈ ਕਿ ਸਾਡੇ ਸਿਨੇਮੇ ਦਾ ਔਰ ਸਾਡੀ ਆਪਣੇ ਬਿਲੀਫ ਦਾ, ਸਾਡੇ ਰਿਲੀਜਨ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਦਿੱਲੀ ਦੇ ਵਿੱਚ ਗਾੜਾ ਹੈ ਉਹ, ਅਤੇ ਸਾਡੀ ਇਹ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ 3ਰੀ ਕੜੀ ਹੈ। ਹੰਬਲ ਮੋਸ਼ਨ ਪਿਕਚਰ ਜਿੱਥੋਂ ਗਿੱਪੀ ਗਰੇਵਾਲ ਉਹਨਾਂ ਨੇ ਐਜ਼ ਏ ਰਾਈਟਰ, ਐਜ਼ ਏ ਡਾਇਰੈਕਟਰ, ਐਜ਼ ਏ ਪ੍ਰੋਡਿਊਸਰ ਵੀ ਮੈਂ ਕਹਾਂਗਾ ਕਿ ਕਰੀਅਰ ਸ਼ੁਰੂ ਕੀਤਾ ਸੀ, ਅਰਦਾਸ ਉਸ ਤੋਂ ਬਾਅਦ ਅਰਦਾਸ ਕਰਾਂ, ਅਤੇ ਅੱਜ 3ਰੀ ਕੜੀ ਜਿਹੜੀ ਅਰਦਾਸ ਸਰਬੱਤ ਦੇ ਭਲੇ ਦੀ ਇਹ ਸ਼ੁੱਕਰਵਾਰ ਰਿਲੀਜ਼ ਹੋਣੀ ਹੈ, ਅਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਦਿੱਲੀ ਦੇ ਵਿੱਚ ਇਹਦਾ ਪ੍ਰੀਮੀਅਰ ਕਰ ਰਹੇ ਹਾਂ ਔਰ ਦਿੱਲੀ ਦੀ ਐਲੀਟ ਕਲਾਸ ਸਾਰੀ ਦੇਖਣ ਆਈ ਹੈ ਇਹਨੂੰ, ਔਰ ਇਨੀਸ਼ੀਏਟਿਵ ਗੁਰਮੀਤ ਭਾਅ ਜੀ ਹੋਣਾ ਦਾ, ਇਹਨਾਂ ਦਾ ਸਾਡਾ ਬੈਲਾਮੌਂਡ, ਤੁਹਾਨੂੰ ਪਤਾ ਵੀ ਹਮੇਸ਼ਾ ਹੀ
ਇਹ ਤਤਪਰ ਰਹਿੰਦੇ ਨੇ ਆਪਣੀ ਕਮਿਊਨਿਟੀ ਲਈ, ਔਰ ਇਹਦੇ 'ਚ ਜਿਹੜਾ ਸਭ ਤੋਂ ਵੱਡਾ ਉੱਦਮ ਕੀਤਾ ਨਾਲ ਡਾਕਟਰ ਪ੍ਰਭਲੀਨ ਸਿੰਘ ਜੀ, ਇਹਨਾਂ ਨੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ ਇਹ ਹਮੇਸ਼ਾ ਹੀ ਸਾਡੇ ਨਾਲ ਰਹਿੰਦੇ ਨੇ, ਅਤੇ ਅਸੀਂ ਅੱਜ ਫਿਲਮ ਦੇਖਣ ਤੋਂ ਬਾਅਦ ਜ਼ਿਆਦਾ ਗੱਲ ਵਧੀਆ ਤਰੀਕੇ ਨਾਲ ਕਰ ਪਾਵਾਂਗੇ, ਕਿਉਂਕਿ ਹੁਣ ਅਸੀਂ ਬੋਲਣਾ, ਫਿਲਮ ਦੇਖਣ ਤੋਂ ਬਾਅਦ ਤੁਸੀਂ ਗੱਲ ਕਰਨੀ ਹੈ ਅਤੇ ਅਸੀਂ ਸੁਣਨਾ। ਥੈਂਕ ਯੂ ਜੀ ਸਾਰਿਆਂ ਦਾ, ਬਹੁਤ ਬਹੁਤ ਸਾਨੂੰ ਭਾਅ ਜੀ ਨੇ ਇੰਨੀਆਂ ਤਾਰੀਫਾਂ ਕੀਤੀਆਂ ਸੀ, ਮੈਂ ਅੱਜ ਪਹਿਲੀ ਵਾਰੀ ਆਇਆ ਇੱਥੇ, ਸੋ ਇੰਨਾ ਵਧੀਆ ਲੱਗਿਆ, ਔਰ ਦਲੇਰ ਭਾਅ ਜੀ ਨੇ ਆ ਕੇ ਸਾਡਾ ਮਾਣ ਵਧਾਇਆ ਬਹੁਤ, ਅਤੇ ਮੈਂ ਕਹਿੰਦਾ ਫਿਲਮ ਦੇਖਦੇ ਹਾਂ ਆਪਾਂ, ਬਾਕੀ ਫਿਰ ਉਸ ਤੋਂ ਬਾਅਦ ਕਰਦੇ ਹਾਂ ਗੱਲਬਾਤ। ਜੁਆਇੰਟ ਫਾਰਮ ਬਿਜਲੀ ਬੋਰਡ ਵੱਲੋਂ ਦੂਸਰੇ ਦਿਨ ਵੀ ਮਾਸ ਲੀਵ ਦੌਰਾਨ ਸਬ ਡਿਵੀਜ਼ਨ ਮਹਿਤਾ ਵਿੱਚ ਜਿੰਦਰ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੇਖੋਂ ਨੇ ਦੱਸਿਆ ਕਿ ਬਿਜਲੀ ਮੰਤਰੀ ਹਰਭਜਨ ਸਿੰਘ ਗੀਟੀਓ ਦੀ ਅਗਵਾਈ ਹੇਠ ਬਿਜਲੀ ਮੰਤਰੀ ਅਤੇ ਸਾਂਝੀ ਫਰਮ ਦੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਮੀਟਿੰਗਾਂ ਹੋਈਆਂ ਅਤੇ ਜਾਇਜ਼ ਮੰਗਾਂ ਨੂੰ 15 ਅਗਸਤ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰੰਤੂ ਵੱਖ ਵੱਖ ਮੀਟਿੰਗਾਂ ਤੋਂ ਬਾਅਦ ਵੀ ਮੈਨੇਜਮੈਂਟ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਇਨਕਾਰ ਕਰ ਰਹੀ ਹੈ, ਜਿਸ ਤੋਂ ਬਾਅਦ ਸਾਂਝੀ ਫਰਮ ਦੀ ਹਦਾਇਤਾਂ ਅਤੇ ਵਰਕ ਟੂ ਆਊਟ ਲਾਗੂ ਕੀਤਾ ਗਿਆ, ਜਿਹਦੇ ਬਾਅਦ ਜੁਆਇੰਟ ਫੋਰਮ ਦੇ ਸੱਦੇ 'ਤੇ ਸਮੂਹ ਬਿਜਲੀ ਕਾਮੇ 3 ਦਿਨਾਂ ਮਾਸ ਲੀਵ 'ਤੇ ਚਲੇ ਗਏ ਨੇ ਅਤੇ ਵੱਖ ਵੱਖ ਆਗੂਆਂ ਨੇ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਜੁਆਇੰਟ ਫੋਰਮ ਦੇ ਆਉਣ ਵਾਲੇ ਸੰਘਰਸ਼ਾਂ ਨੂੰ ਇੰਨ ਬਿੰਨ ਲਾਗੂ ਕਰਨ ਦੀ ਮੰਗ ਵੀ ਕੀਤੀ। ਨਗਰ ਕੌਂਸਲ ਕਰਮਚਾਰੀਆਂ ਦਾ 3 ਦਿਨ ਤੋਂ ਚੱਲ ਰਿਹਾ ਧਰਨਾ ਪ੍ਰਦਰਸ਼ਨ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨ ਲੈਣ ਤੋਂ ਬਾਅਦ ਖਤਮ ਕਰ ਦਿੱਤਾ ਗਿਆ। ਧਰਨਾ ਖਤਮ ਹੋਣ ਤੋਂ ਬਾਅਦ ਸ਼ਹਿਰ ਵਿੱਚ ਪਾਣੀ ਅਤੇ ਸਟਰੀਟ ਲਾਈਟ ਦੀ ਬਹਾਲੀ ਕੀਤੀ ਗਈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਸੁੱਖ ਦਾ ਸਾਹ ਆਇਆ, ਪਰ ਕੂੜੇ ਦੀ ਸਮੱਸਿਆ ਦਾ ਅਜੇ ਵੀ ਸਥਾਈ ਹੱਲ ਨਹੀਂ ਹੋਇਆ। ਸਫਾਈ ਕਰਮਚਾਰੀਆਂ ਦੀ ਹਮਾਇਤ 'ਚ ਨਿਤਰੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀ ਉੱਪਰ ਹਮਲਾ ਕਰਨ ਦੇ ਦੋਸ਼ ਹੇਠ 2 ਹਮਲਾਵਰਾਂ ਦੇ ਖਿਲਾਫ਼ ਪੁਲਿਸ ਵੱਲੋਂ ਵੱਖ ਵੱਖ ਧਾਰਾਵਾਂ ਤਹਿਤ DDR ਕੱਟਣ ਤੋਂ ਬਾਅਦ ਜ਼ਿਲ੍ਹਾ ਧਰਨਾ ਸਮਾਪਤ ਕੀਤਾ ਗਿਆ, ਪਰ ਕੂੜੇ ਦੇ ਡੰਪ ਦੀ ਸਮੱਸਿਆ ਅਜੇ ਵੀ ਬਰਕਰਾਰ। ਸਵਾਮੀ ਵਿਵੇਕਾਨੰਦ ਕਾਲਜ ਰਾਜਪੁਰਾ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇੱਕ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਤਜਰਬੇਕਾਰ ਪਹੁੰਚੇ। ਇਸ ਮੌਕੇ ਵੱਖ ਵੱਖ ਤਜਰਬੇਕਾਰਾਂ ਨੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਕਿ 12ਵੀਂ ਜਮਾਤ ਤੋਂ ਬਾਅਦ ਕਿਸ ਤਰ੍ਹਾਂ ਉਹਨਾਂ ਨੇ ਅੱਗੇ ਪੜ੍ਹਾਈ ਕਰਨੀ ਹੈ। ਇਸ ਮੌਕੇ ਸਵਾਮੀ ਵਿਵੇਕਾਨੰਦ ਗਰੁੱਪ ਦੇ ਚੇਅਰਮੈਨ ਅਸ਼ਵਨੀ ਗਰਗ ਅਤੇ ਪ੍ਰਧਾਨ ਅਸ਼ੋਕ ਗਰਗ ਸਮੇਤ ਡਾਕਟਰ ਰਿਪੂਦਮਨ ਗੌਂਡ, ਅੰਕੁਸ਼ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਉਪਲਬਧੀਆਂ ਬਾਰੇ ਦੱਸਿਆ। ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਨਵੇਂ ਬੱਚੇ ਆਏ ਆ ਉਹਨਾਂ ਦਾ ਇੰਡਕਸ਼ਨ ਪ੍ਰੋਗਰਾਮ ਹੁੰਦਾ, ਅੱਜ ਓਰੀਐਂਟੇਸ਼ਨ ਪ੍ਰੋਗਰਾਮ ਹੈ। ਸਾਰੇ ਹੀ ਪ੍ਰੋਗਰਾਮਾਂ ਦੇ ਬੱਚੇ ਜਿਹੜੇ ਸਾਡੇ ਕੋਲ ਪਹਿਲੇ ਸਾਲ ਆਏ ਹਨ, ਅਸੀਂ ਉਹਨਾਂ ਨੂੰ ਆਡੀਟੋਰੀਅਮ ਦੇ ਵਿੱਚ ਇਕੱਠੇ ਕਰਕੇ ਸਾਡੇ ਜਿਹੜੇ ਵਿੱਚ ਦਰਮਿਆਨ ਹਾਜ਼ਰ ਹੋਏ ਹਨ ਵਕਤਾ ਬੋਲਣ ਵਾਲੇ, ਸੰਜੀਵ ਜੀ ਇਨਫੋਸਿਸ ਤੋਂ, ਗੌਰ ਜੀ ਨੋਇਡਾ ਤੋਂ ਆਏ ਆ ਸਪੈਸ਼ਲ, ਅਤੇ ਇਹ ਸਭ ਨੇ ਜੋ ਬੱਚਿਆਂ ਨੂੰ ਮੋਟੀਵੇਟ ਕੀਤਾ, ਇੰਸਪਾਇਰ ਕੀਤਾ। ਸਾਡਾ ਮੇਨ ਮਕਸਦ ਇਹ ਹੈ ਕਿ ਅਸੀਂ ਬੱਚਿਆਂ ਨੂੰ ਪਹਿਲੇ ਦਿਨ ਤੋਂ ਹੀ ਪੜ੍ਹਾਈ ਵੱਲ ਨੂੰ ਉਹਨਾਂ ਦੇ ਅੱਛੇ ਪ੍ਰੋਗਰਾਮਾਂ ਦੇ ਵਿੱਚ ਰੁਚੀ ਲੈਣ ਵਾਸਤੇ ਇਹ ਇੰਡਕਸ਼ਨ ਪ੍ਰੋਗਰਾਮ ਔਰਗੇਨਾਈਜ਼ ਕਰਦੇ ਹਾਂ। 2024 ਦਾ ਜੋ ਇੰਡਕਸ਼ਨ ਪ੍ਰੋਗਰਾਮ ਹੈ, ਇਹਦੇ ਵਾਸਤੇ ਮੈਂ ਨਵੇਂ ਬੱਚਿਆਂ ਨੂੰ ਇਹ ਗਾਈਡੈਂਸ ਦਿੱਤੀ ਹੈ। ਅਸੀਂ ਬਾਹਰੋਂ ਜਿਹੜੇ ਆਏ ਹੈ ਮਹਿਮਾਨ, ਉਹਨਾਂ ਨੇ ਡਿਸਕਸ ਕੀਤਾ ਬੱਚਿਆਂ ਦਾ ਜੀ, ਟੈਕਨੀਕਲ ਔਰ ਮੈਡੀਕਲ ਦੋਨੇ ਹੀ ਡਿਸਕਸ ਕੀਤੇ ਗਏ, ਅਤੇ ਉਹਦੇ 'ਚ ਬੱਚਿਆਂ ਨੂੰ ਬਹੁਤ ਸਿੱਖਣ ਨੂੰ ਮਿਲਦਾ ਹੈ, ਔਰ ਉਹਨਾਂ ਨੂੰ ਮੋਟੀਵੇਸ਼ਨ ਵਰਡ ਵੀ ਮਿਲੇ ਆ ਕਾਫੀ, ਜੋ ਕਿ ਇੱਥੇ ਸਿੱਖਿਆ ਦੇ ਨਾਲ ਨਾਲ ਉਹ ਪ੍ਰੋਜੈਕਟ ਨੂੰ ਵੀ ਦੇਖਣਗੇ।
ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਐਲੀਵੇਟਡ ਰੋਡ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਓਵਰ ਸਪੀਡ ਗੱਡੀਆਂ ਨੂੰ ਹੈਲਮੇਟ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਬਲਿਕ ਦੀ ਸਹੂਲਤ ਵਾਸਤੇ ਹੈਲਮੇਟ ਪਾਉਣੇ ਬੇਹੱਦ ਜ਼ਰੂਰੀ ਨੇ। ਜਿਨ੍ਹਾਂ ਹੈਲਮੇਟ ਨਹੀਂ ਪਾਏ ਉਹਨਾਂ ਦੇ ਚਲਾਨ ਕੱਟੇ ਜਾ ਰਹੇ। ਉਹਨਾਂ ਕਿਹਾ ਕਿ ਓਵਰ ਸਪੀਡ ਗੱਡੀਆਂ ਆਉਣ ਦੇ ਕਾਰਨ ਹਾਦਸੇ ਹੁੰਦੇ ਨੇ, ਜਿਸ ਦੇ ਕਾਰਨ ਸਿਰ ਵਿੱਚ ਵੀ ਸੱਟਾਂ ਲੱਗਦੀਆਂ ਨੇ। ਇਸੇ ਕਾਰਨ ਹੈਲਮੇਟ ਪਾਉਣਾ ਬੇਹੱਦ ਜ਼ਰੂਰੀ ਹੈ, ਇਸ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਿਹੜੇ ਲੋਕ ਸਿਰ 'ਤੇ ਦਸਤਾਰ ਸਜਾਉਂਦੇ ਨੇ ਉਹਨਾਂ ਨੂੰ ਹੈਲਮੇਟ ਪਾਉਣਾ ਜ਼ਰੂਰੀ ਨਹੀਂ ਰੱਖਿਆ ਗਿਆ। ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਦਾ ਇੱਕ ਨੌਜਵਾਨ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਪਿੰਡ ਪੁੱਜਿਆ ਤੇ ਪਿੰਡ ਵਾਲਿਆਂ ਨੇ ਉਸਦਾ ਭਰਵਾਂ ਸਵਾਗਤ ਕੀਤਾ। ਤੁਹਾਨੂੰ ਦੱਸ ਦਈਏ ਕਿ ਲੈਫਟੀਨੈਂਟ ਫੌਜੀ ਦਾ ਨਾਮ ਮਨਿੰਦਰਪਾਲ ਸਿੰਘ ਹੈ ਤੇ ਉਸਦੇ ਪਿਤਾ ਦਾ ਨਾਮ ਤੀਰਥ ਸਿੰਘ ਹੈ ਤੇ ਇਹ ਇੱਕ ਗਰੀਬ ਪਰਿਵਾਰ ਤੋਂ ਹੈ ਤੇ ਇਹਨਾਂ ਦੱਸਿਆ ਕਿ ਉਸਨੇ ਬਿਆਸ ਤੇ ਫੌਜੀ ਸਕੂਲ ਤੋਂ 12ਵੀਂ ਤੱਕ ਪੜ੍ਹਾਈ ਕੀਤੀ ਤੇ ਉਸ ਦੌਰਾਨ ਉੱਥੇ ਹੋਸਟਲ 'ਚ ਹੀ ਰਹਿੰਦਾ। ਉਸਨੇ ਕਿਹਾ ਕਿ 12ਵੀਂ ਦੀ ਪੜ੍ਹਾਈ ਕਰਨ ਉਪਰੰਤ BCA ਦੀ ਪੜ੍ਹਾਈ ਕੀਤੀ। ਪੜ੍ਹਾਈ ਵਿੱਚ ਭਾਰੀ ਮਿਹਨਤ ਮੁਸ਼ਕਤ ਕਰਕੇ ਆਰਮੀ ਵਿੱਚ ਲੈਫਟੀਨੈਂਟ ਦਾ ਟੈਸਟ ਦੇ ਕੇ ਉਹ ਆਰਮੀ ਦੇ ਵਿੱਚ ਲੈਫਟੀਨੈਂਟ ਦਾ ਅਹੁਦਾ ਹਾਸਲ ਕਰ ਚੁੱਕੇ, ਜਿੱਥੇ ਉਸਨੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ, ਉੱਥੇ ਆਪਣੇ ਮਾਤਾ ਪਿਤਾ ਅਤੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ। ਲੈਫਟੀਨੈਂਟ ਦਾ ਅਹੁਦਾ ਹਾਸਲ ਕਰਨ ਉਪਰੰਤ ਅੱਜ ਉਸਦਾ ਆਪਣੇ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਨੇ ਖੁਸ਼ੀ ਮਨਾਈ ਅਤੇ ਭੰਗੜੇ ਪਾਏ। ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਇਸ ਨੌਜਵਾਨ ਦੀ ਪੂਰੀ ਸ਼ਲਾਘਾ ਕਰਦੇ ਨੇ। ਮੈਂ ਅੱਜ ਤੋਂ 11 ਮਹੀਨੇ ਪਹਿਲਾਂ SSB ਦੇ ਕੇ ਭਰਤੀ ਹੋਇਆ ਸੀ OTA ਚੇਨਈ 'ਚ, ਅਫਸਰ ਟ੍ਰੇਨਿੰਗ ਅਕੈਡਮੀ 'ਚ। 11 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਮੇਰੀ 2 ਦਿਨ ਪਹਿਲਾਂ, ਯਾਨੀ ਕਿ 7 ਸਤੰਬਰ ਨੂੰ ਪਾਸਿੰਗ ਆਊਟ ਪਰੇਡ ਹੋਈ ਹੈ, ਜਿਹਦੇ ਵਿੱਚ ਮੈਨੂੰ ਲੈਫਟੀਨੈਂਟ ਦੇ ਰੈਂਕ ਲੱਗਾ ਹੈ। ਅਤੇ ਮੇਰਾ ਪਿੰਡ ਹੈ ਹੀ, ਛੋਟਾ ਜਿਹਾ ਪਿੰਡ ਹੈ ਜੀ, ਮਾਨਾਵਾਲਾ ਤਹਿਸੀਲ ਜਨਾਲਾ, ਅਤੇ ਉੱਥੋਂ ਮੈਂ ਬਿਲੋਂਗ ਕਰਦਾ। ਜੀ ਸ਼ੁਰੂ ਤੋਂ ਦੇਖਿਆ ਜਾਵੇ ਜੀ, ਮੈਂ ਕਾਫੀ ਜਗ੍ਹਾ ਰਿਹਾ, ਮੈਂ ਪਰਿਵਾਰ ਤੋਂ ਹਮੇਸ਼ਾ ਅਲੱਗ ਹੀ ਰਿਹਾ। ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਇਹੋ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਵਧੀਆ ਜਗ੍ਹਾ ਪੜ੍ਹਾਇਆ ਜਾਵੇ। ਖੁਦ ਫੌਜ 'ਚ ਸੀ ਅਤੇ ਮੈਨੂੰ ਹਮੇਸ਼ਾ ਉਹਨਾਂ ਨੇ ਆਰਮੀ ਸਕੂਲ ਬਿਆਸ ਪੜ੍ਹਾਇਆ, ਜੋ ਕਿ ਉੱਥੇ ਹੋਸਟਲ ਹੈ। ਮੈਂ 6ਵੀਂ ਤੋਂ ਲੈ ਕੇ 12ਵੀਂ ਤੱਕ ਹੋਸਟਲ 'ਚ ਪੜ੍ਹਿਆ ਜੀ, ਉਦੋਂ ਹੀ ਘਰ ਪਰਿਵਾਰ ਤੋਂ ਦੂਰ ਹੀ ਸੀ। ਉਸ ਤੋਂ ਬਾਅਦ 12ਵੀਂ ਕਰਨ ਤੋਂ ਬਾਅਦ ਇਹਨਾਂ ਨੇ ਫੈਸਲਾ ਲਿਆ ਕਿ ਮੈਨੂੰ ਬਾਹਰ ਨਹੀਂ ਭੇਜਣਾ, ਕਿਉਂਕਿ ਮੇਰਾ ਮਨ ਸੀ ਕਿ ਮੈਂ ਪਾਪਾ ਦੇ ਦਿਖਾਏ ਰਸਤੇ 'ਤੇ ਅਫਸਰ ਬਣ ਕੇ ਫੌਜ 'ਚ ਜਾਵਾਂ। ਤਾਂ ਬਾਹਰ ਦਾ ਹਾਲਾਂਕਿ ਆਈਲੈਟਸ ਕੀਤੀ ਸੀ ਮੈਂ, ਬਟ ਆਈਲੈਟਸ ਕਰਨ ਤੋਂ ਬਾਅਦ ਹੀ ਮੈਂ ਫੈਸਲਾ ਲਿਆ ਕਿ ਮੈਂ ਫੌਜ ਜਾਣਾ ਚਾਹੁੰਦਾ। ਸੋ ਇਸ ਜਿਹੜਾ ਕਿ ਬਹੁਤ ਖੁਸ਼ੀ ਦਾ ਜਿਹੜਾ ਕਿ ਮਾਹੌਲ ਬਣਿਆ ਸਾਡੇ ਹਲਕੇ ਦੇ ਵਿੱਚ, ਸੋ ਆਪਾਂ ਇਸ ਪਰਿਵਾਰ ਨੂੰ ਔਰ ਇਸ ਪਿੰਡ ਨੂੰ ਸਾਰਿਆਂ ਨੂੰ ਕਿ ਜਿਹੜਾ ਕਿ ਲੱਖ ਲੱਖ ਵਧਾਈ ਦਿੰਦੇ। ਹਾਂ, ਮੇਰਾ ਹਿਸਾਬ ਦਾ ਲਗਭਗ ਪਹਿਲਾਂ ਹੋਊਗਾ ਜੀ, ਕਿਉਂਕਿ ਚਲੋ ਮੈਂ ਪਹਿਲਾਂ ਪਿਛਲਾ ਪੁਰਾਣਾ ਤਾਂ ਨਹੀਂ ਜਾਣਦਾ, ਜਦੋਂ ਦਾ ਇਸ ਲਾਈਨ ਦੇ ਵਿੱਚ ਪਏ 4-5 ਸਾਲ ਹੋ ਗਿਆ, ਲੇਕਿਨ ਮੈਨੂੰ ਤਾਂ ਲੱਗਦਾ ਕਿ ਹਲਕੇ 'ਚ ਨਹੀਂ, ਜ਼ਿਲ੍ਹੇ ਦੇ ਵਿੱਚ ਹੀ ਪਹਿਲਾਂ ਹੋਊਗਾ ਜੀ। ਹਾਂ, ਬਹੁਤ ਵੀਰ ਨੇ ਮਿਹਨਤ ਕੀਤੀ ਹੈ ਜਿਹੜਾ ਕਿ। ਕੈਨੇਡਾ 'ਚ ਬੈਠਾ ਹੋਇਆ ਗੋਲਡੀ ਬਰਾਡ ਪੰਜਾਬ ਦੇ ਵਿੱਚ ਅਕਸਰ ਹੀ ਲੋਕਾਂ ਤੋਂ ਫਿਰੌਤੀਆਂ ਮੰਗਦਾ ਹੋਇਆ ਨਜ਼ਰ ਆਉਂਦਾ, ਅਤੇ ਹੁਣ ਪੰਜਾਬ ਪੁਲਿਸ ਨੇ ਵੀ ਗੋਲਡੀ ਬਰਾਡ ਦੇ ਖਿਲਾਫ਼ ਆਪਣੀ ਮੁਹਿੰਮ ਛੇੜੀ ਹੋਈ ਹੈ ਅਤੇ ਉਹਨਾਂ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਉੱਥੇ ਅੰਮ੍ਰਿਤਸਰ ਦੇ DCP ਹਰਪ੍ਰੀਤ ਸਿੰਘ ਮੰਡੇਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਖਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ।
ਅੰਮ੍ਰਿਤਸਰ ਮਜੀਠਾ ਰੋਡ ਤੇ ਇੱਕ ਨੌਜਵਾਨ ਨੇ ਪਹਿਲੀ ਪਤਨੀ ਨੂੰ ਦੱਸੇ ਬਿਨਾਂ ਦੂਜਾ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਵਿਅਕਤੀ ਦੀ ਦੂਜੀ ਪਤਨੀ ਪਹਿਲੀ ਪਤਨੀ ਦੇ ਘਰ ਆ ਕੇ ਲੜਾਈ ਝਗੜਾ ਕਰਨ ਲੱਗ ਪਈ, ਜਿਸ ਦੌਰਾਨ ਉਹ ਜ਼ਖਮੀ ਹੋ ਗਈ। ਦੂਜੀ ਪਤਨੀ ਪਹਿਲੀ ਪਤਨੀ ਦੇ ਘਰ ਆ ਕੇ ਝਗੜਾ ਕਰ ਰਹੀ ਹੈ। ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ, ਜਿਸ ਤੋਂ ਬਾਅਦ ਪੀੜਤਾ ਰੀਤੂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਪਰ ਅਜੇ ਤੱਕ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਪਿਛਲੀਆਂ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਪੱਕੀਆਂ ਕੱਸੀਆਂ ਬਣਾਈ ਗਈਆਂ, ਜਿਨ੍ਹਾਂ ਵਿੱਚ ਪਿਛਲੇ 7 ਤੋਂ 8 ਸਾਲਾਂ ਤੋਂ ਕਦੇ ਨਹਿਰੀ ਪਾਣੀ ਦੀ ਬੂੰਦ ਤੱਕ ਨਹੀਂ ਪਹੁੰਚੀ, ਜਿਸ ਦੀ ਮਿਸਾਲ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਰੌਂਤਾ ਵਿਖੇ ਉਸ ਵੇਖੇ ਦੇਖਣ ਨੂੰ ਮਿਲੀ, ਜਦੋਂ ਪਿੰਡ ਰੌਂਤਾ ਦੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਰੌਂਤਾ ਦਾ 5 ਤੋਂ 6 ਹਜ਼ਾਰ ਏਕੜ ਦੇ ਕਰੀਬ ਰਕਬਾ ਹੈ, ਜਿਸ ਦੇ ਵਿੱਚ ਘਰ ਦੀ ਪੱਕੀ ਕੱਸੀ ਲੰਘਦੀ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਖੇਤਾਂ ਤੱਕ ਕੱਸੀ ਦਾ ਪਾਣੀ ਨਹੀਂ ਪਹੁੰਚਦਾ। ਹੈਰਾਨੀ ਦੀ ਹੱਦ ਤਾਂ ਉਦੋਂ ਹੋਈ ਜਦੋਂ ਪਿੰਡ ਰੌਂਤਾ ਵਿੱਚ ਬਣੇ ਸਰਕਾਰੀ ਖੇਤੀਬਾੜੀ ਫਾਰਮ, ਜਿਸ ਰਕਬਾ 55 ਤੋਂ 60 ਏਕੜ ਦੇ ਕਰੀਬ ਹੈ, ਉਸਨੂੰ ਵੀ ਨਹਿਰੀ ਪਾਣੀ ਕਦੇ ਨਹੀਂ ਮਿਲਿਆ। ਕਿਸਾਨਾਂ ਨੇ ਪਿੰਡ ਰੌਂਤਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਸਰਕਾਰ ਤੁਹਾਡੇ ਦਰਬਾਰ ਤਹਿਤ ਰੱਖੇ ਸੰਗਤ ਦਰਸ਼ਨ ਵਿੱਚ ਪਹੁੰਚ ਕੇ ਵੀ ਨਹਿਰੀ ਪਾਣੀ ਨਾ ਮਿਲਣ ਸੰਬੰਧੀ ਮੰਗ ਪੱਤਰ ਦਿੱਤਾ। ਉਦੋਂ ਦੂਜੇ ਪਾਸੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਵਿਸ਼ੇ ਸਰੰਗਲ, ਜਦੋਂ ਕਿਸਾਨਾਂ ਵੱਲੋਂ ਨਹਿਰੀ ਪਾਣੀ ਸੰਬੰਧੀ ਕੀਤੇ ਸਵਾਲਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਉਹਨਾਂ ਨੂੰ ਨਹਿਰੀ ਪਾਣੀ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਤੇ ਜ਼ਮੀਨ ਨੂੰ ਪਾਣੀ ਨਹੀਂ ਲੱਗ ਰਿਹਾ ਕਰਕੇ ਕਿਸਾਨਾਂ ਦੀ ਨਹਿਰੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਾਉਣ ਦਾ ਯਤਨ ਕਰਨਗੇ। ਜ਼ਮੀਨ ਨੂੰ ਪਾਣੀ ਨਹੀਂ ਲੱਗ ਰਿਹਾ, ਕੱਸੀ ਬਹੁਤ ਜ਼ਿਆਦਾ ਵੱਡੀ ਬਣੀ ਆ, ਪਰ ਅੱਗੇ ਕੋਈ ਵੀ ਵੰਡ ਨਹੀਂ ਹੋਈ, ਕੋਈ ਵੀ ਮੋਗਾ ਨਹੀਂ ਰੱਗਿਆ, 2-3 ਪਿੰਡਾਂ ਦਾ ਪਾਣੀ ਲਿਆ ਕੇ ਇੱਥੇ ਛੱਡਤਾ। ਜੇ ਅਸੀਂ ਪਾਣੀ ਛੱਡ ਲਿਆਉਂਦੇ ਹਾਂ ਤਾਂ ਇੱਥੇ ਆਂਢੀਆਂ ਗੁਆਂਢੀਆਂ 'ਤੇ ਟੁੱਟੀ ਜਾਂਦਾ, ਗਾਂਹ ਜਾਂਦਾ ਨਹੀਂ ਗਾ, ਮੋਗੇ ਨਹੀਂ ਲੱਗੇ, ਪ੍ਰੋਪਰ ਕੱਸੀ ਨਹੀਂ ਬਣੀ। ਸੀਡ ਫਾਰਮ ਆ ਇੱਥੇ ਜਿਹੜਾ ਸਰਕਾਰ ਦਾ ਖੁਦ ਆ, ਉਹਨੂੰ ਬਿਲਕੁਲ ਵੀ ਪਾਣੀ ਨਹੀਂ ਮਿਲ ਰਿਹਾ, ਬਹੁਤ ਤਰਲੇ ਮਾਰਦੇ ਜੀ ਲੋਕਾਂ ਦਾ, ਬਹੁਤ ਮੁਸ਼ਕਲ ਨਾਲ ਕੰਮ ਸਾਧਨ ਕੇ ਜਿਹੜੀ ਸਰਕਾਰ ਆ ਆਪਦੇ ਖੇਤ ਪਾਤਿਆਂ ਤੱਕ ਨਹਿਰੀ ਪਾਣੀ ਨਹੀਂ ਪਹੁੰਚਾ ਸਕਦੀ, ਕਿਸਾਨਾਂ ਤੱਕ ਕਿੱਥੋਂ ਪਹੁੰਚਾਓ? ਨਹੀਂ ਬਿਲਕੁਲ ਨਹੀਂ, ਮੁਸ਼ਕਲ ਲੱਗਦਾ ਜੀ ਕੰਮ, ਬਹੁਤ ਵਾਰੀ ਕਹਿ ਚੁੱਕੇ ਆ, ਜਿੰਨੀਆਂ ਵੀ ਐਪਲੀਕੇਸ਼ਨਾਂ ਦਿੰਦੇ ਹਾਂ ਹੰਭ ਗਏ ਅਸੀਂ ਪਿੰਡ ਦੇ ਲੋਕ, ਕਿਸੇ ਵੀ ਤਰ੍ਹਾਂ ਸਰਕਾਰ ਨੇ ਹੱਲ ਨਹੀਂ ਕੀਤਾ। ਕੋਈ ਮੋਗੇ ਲੱਗਣ ਵਾਲੇ ਜਿਹੜੇ ਹੁਣ ਤੱਕ ਛੇ ਤੋਂ ਸੱਤ ਪਿੰਡ ਮੋਗੇ ਆ ਜੀ ਰੌਂਤੇ ਪਿੰਡ ਦੇ ਜਿਹੜੇ ਬੰਦ ਪਏ ਆ, 2-3 ਪਿੰਡ ਮੋਗੇ ਆ ਜਿਹੜੇ ਪੱਖਰਵੜ ਦੇ ਆ, ਇੱਕ ਮੋਗਾ ਦੀਨੇ ਦਾ ਵੀ ਆ ਜੀ, ਤਕਰੀਬਨ 5,000 ਏਕੜ ਦਾ ਪਾਣੀ ਇੱਥੇ ਲਿਆ ਕੇ ਛੱਡਤਾ ਜੀ, ਗਾਂ ਵੰਡ ਬਿਲਕੁਲ ਵੀ ਨਹੀਂ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।